ਦੋਸਤੋ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ। ਨਗਰ ਨਿਗਮ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ। ਪੋਸਟਾਂ ਸੀ ਸਟੇਸ਼ਨ ਫਾਇਰ ਅਫਸਰ, ਫਾਇਰਮੈਨ ਅਤੇ ਡਰਾਈਵਰ ਦੀਆਂ। ਇਹਨਾਂ ਪੋਸਟਾਂ ਨੂੰ ਲੈ ਕੇ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕੀਤਾ ਗਿਆ ਜੀ। ਦੋਸਤੋ ਦੀ ਜਾਣਕਾਰੀ ਮੈਂ ਡਿਟੇਲ 'ਚ ਦਿਆਂਗਾ, ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਨੀਚੇ ਤੁਹਾਨੂੰ ਰੈੱਡ ਕਲਰ ਦਾ ਸਬਸਕ੍ਰਾਈਬ ਬਟਨ ਦਿਖ ਰਿਹਾ ਹੋਵੇਗਾ, ਉਹਨੂੰ ਦੱਬ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਨਾਲ ਹੀ ਤੁਹਾਨੂੰ ਬੈਲ ਆਈਕਨ ਦਿਖ ਰਹੀ ਹੋਵੇਗੀ, ਉਹਨੂੰ ਦੱਬ ਕੇ ਤੁਸੀਂ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਜੀ। ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਿੱਕੀ ਮੋਟੀ ਭਰਤੀ ਆਵੇ ਜਾਂ ਕੋਈ ਅਪਡੇਟ ਆਵੇ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਚਲੋ ਦੋਸਤੋ ਵੀਡੀਓ ਸ਼ੁਰੂ ਕਰ ਦਿਓ। ਦੋਸਤੋ ਵੀਡੀਓ ਚੰਗਾ ਲੱਗਿਆ ਲਾਇਕ ਜ਼ਰੂਰ ਕਰ ਦਿਓ ਜੀ। ਦੋਸਤੋ ਵੱਖ ਵੱਖ ਅਖਬਾਰਾਂ ਵਿੱਚ ਇਹ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ। ਇਸ਼ਤਿਹਾਰ ਨੰਬਰ 1857 ਰਾਹੀਂ, ਡੇਟ ਸੀ ਜੀ 26/3/2021 ਨੂੰ, ਫਿਰ ਉਹਦੇ ਵਿੱਚ ਸ਼ੋਧ ਕੀਤੀ ਗਈ ਸੀ ਜੀ। ਉਸ ਤੋਂ ਬਾਅਦ ਇਹਨਾਂ ਪੋਸਟਾਂ ਲਈ ਲਿਖਤੀ ਪ੍ਰੀਖਿਆ ਵੱਖ ਵੱਖ ਮਿਤੀਆਂ ਨੂੰ ਚੰਡੀਗੜ੍ਹ ਦੇ ਵੱਖ ਵੱਖ ਸਥਾਨਾਂ ਉੱਤੇ ਲਈ ਗਈ ਸੀ ਜੀ। ਪ੍ਰੀਖਿਆ ਵਿੱਚੋਂ ਜੋ ਉਮੀਦਵਾਰ ਸ਼ਾਰਟਲਿਸਟ ਕੀਤੇ ਗਏ ਨੇ ਜੀ, ਦੋਸਤੋ ਉਹਨਾਂ ਉਮੀਦਵਾਰਾਂ ਦਾ ਡਰਾਈਵਿੰਗ ਟੈਸਟ ਕੇਵਲ ਡਰਾਈਵਰ ਦੀ ਅਸਾਮੀਆਂ ਲਈ 8/9/2022 ਨੂੰ, 9/9/2022 ਨੂੰ ਲਿਆ ਜਾਵੇਗਾ। ਟੈਸਟ ਦੀ ਜਾਣਕਾਰੀ, ਸ਼ਡਿਊਲ, ਸਮਾਂ, ਸ਼ਰਤਾਂ ਤੁਹਾਨੂੰ ਮੇਲ ਦੁਆਰਾ ਸੂਚਿਤ ਕਰਤੀਆਂ ਗਈਆਂ ਨੇ ਜੀ। ਹੋਰ ਵਧੇਰੀ ਜਾਣਕਾਰੀ ਤੁਸੀਂ ਉਹਨਾਂ ਦੀ ਆਫਿਸ਼ੀਅਲ ਵੈਬਸਾਈਟ ਉੱਪਰ ਜਾ ਕੇ ਪ੍ਰਾਪਤ ਕਰ ਸਕੋਗੇ। ਦੋਸਤੋ ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਈ। ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।